सत श्री अकाल दोस्तों, तुसी देख रहे हो लिमिटेड ज्ञान द्वारा पेश तुहाडा फेवरेट सैगमेंट अपडेट्स की लड़ी। अज दे अपडेट्स की लड़ी दे विच तुहाडे लई पंजाब दीआं दो वड्डीआं खबरां लैके हाजिर होए हां। सब तो पहली खबर है सिद्धू मूसेवाला कतलकांड दे नाल जुड़ी हुई, जिथे कि सिद्धू मूसेवाले का कतल 29 मई नूं पिंड जवाहर के विखे चौंक दे विच कुछ गैंगस्टरां वल्लों बेरहमी दे नाल कर दिता गया सी। ते हुण दोस्तों तकरीबन 3 महीने होने वाले ने, ते एक मौके का चश्मदीद गवाह सामने आया जिसने कि इस सारे कतलकांड दे विच कुछ अजिहे हैरानीजनक खुलासे सामने रखे ने जिसने कि हर एक नूं हैरान करके रख दिता है, क्योंकि हुण तक अजिहियां गल्लां सामने नहीं आईयां सन जो कि इस साबका फौजी द्वारा दसियां गईयां ने। पहला तुसीं सुणो इस साबका फौजी द्वारा कीते गए खुलासे, उस तों बाद तुहाडे नाल एक होर अहम खबर सांझी करांगे जिस कॉल रिकॉर्डिंग ने पंजाब दी राजनीति दे विच तरथली मचा के रख दिती है। सो पहला तां तुहाडे नाल सांझी करदे हां सिद्धू मूसेवाले कतलकांड दे नाल जुड़ी हुई है खास वीडियो। सामने कहड़ा जो गोलियां दे ओ जिहड़े दोने से काउंटर करते दोनी से ओ करोला च पुलिस वाले नूं आख्या जी मैं हुणी गए ने बग जो ओ गए नाके लाउणे फड़े जांदे ओ इस ते इधर बग गए ओ चारे इधर दी गए ना हरियाणे बदी ना गए दोने इधर ना कि जिहड़े पंजाबी से दोने पंजाबी से अपनी सानूं इह नहीं पता सी वी सिद्धू मूसेवाले दी है करोला अपने मूहरे ते थार गड्डी आउंदी सी मांगा करोला फिर उस तों बाद ओ आई है बलैरो काले शीशे से ओहदे चार ओहदे चों निकले से करके फिर जो फायरिंग हुई फिर तगड़ा खड़ता कोई भी नहीं खड़ता टायर जो भन्नते उन्हें भी दो फायर कड़े कड़े ना पर मैनू तो नहीं पता भी कितों नहीं कड़ते उन्हें वह बिछले कहने कड़े ना मैं तो कहना नहीं भी जो ब्लॉक गड्डी कितों नहीं कड़ते मैं तो यह गल नहीं मन रहा बाकी वह कहने तू 20-22 मिनट तो उन्होंने गड्डी लॉक ही नहीं खोली बिचों जेडे वे बैठे थे साडे पिंड के मुंडे ने शीसा भन्निया सिद्धू नूं कढ़िया प्राइवेट गड्डी दोनों बिच बहा लिया ਉਹਨਾਂ ਦੇ ਤੁਸੀਂ ਬੈਠੋ ਕਦੇ ਅਸੀਂ ਨਹੀਂ ਚੜ੍ਹਦੇ ਇਹਦੇ 'ਚ ਇੱਦਾਂ ਪੁਲਿਸ ਵਾਲੀ ਗੱਡੀ ਆ ਗਈ ਅਤੇ ਦੂਜੀ ਆ ਗਈ ਐਂਬੂਲੈਂਸ ਉਹ 'ਚ ਚੜ੍ਹੇ ਰਹੋ ਜਦੋਂ ਮੈਂ ਸਿੱਧੂ ਦੇ ਬਰਾਬਰ ਬੈਠਾ ਮੇਰੇ ਲੱਤ 'ਤੇ ਗੋਲੀ ਕਿਵੇਂ ਵੱਜੂ ਮੈਂ ਤਾਂ ਗੱਲ ਇੱਕ ਇਹ ਜਾਣਦਾ ਜਿਹੜਾ ਮਗਰ ਬੈਠਾ ਜੀ 5 ਮਿੰਟ ਟੈਲੀਫੋਨ ਕਿਹਦੇ ਨਾ ਕਰਦੇ ਉਸ ਟਾਈਮ 5 ਮਿੰਟ ਟੈਲੀਫੋਨ ਕਰਕੇ ਜੇ ਮੁੱਕਰ ਤਾਂ ਸਾਡੇ ਕੋਲ ਆਵੇ ਕੱਢੋ ਕੱਢਾਂਗੇ ਉਹਨੂੰ ਸਾਬਤ ਕਰਾਂਗੇ 5 ਮਿੰਟ ਟੈਲੀਫੋਨ ਕਰਿਆ ਅਸੀਂ ਉਸ ਤੋਂ ਬਾਅਦ 'ਚ ਆਖਿਆ ਵੀ ਤੂੰ ਘਰੇ ਵੀ ਕਰਦੇ ਕਿ ਨਹੀਂ ਕਰਨਾ ਮੇਰੇ ਕੋਲ ਗਵਾਹ ਨਾਲ ਜਿਹੜੇ ਮੇਰੇ ਅਸੀਂ ਪੁੱਛਿਆ ਜਦੋਂ ਉਹਦੇ ਵਿੱਚ ਇੱਕ ਫਾਇਰ ਹੋਇਆ ਸੀ ਮਾਂਗਰ ਦੀ ਉਹਦੇ ਵਿੱਚ ਦੀ ਦਿੰਦੇ ਸਾਨੂੰ ਦੀਦਾ ਵੀ ਨਹੀਂ ਸੀ ਨਹੀਂ ਉਹ ਫਾਇਰ ਦੇ ਵਿੱਚ ਦੀ ਜਿੱਥੇ ਫਾਇਰ ਹੋਇਆ ਸੀ ਇੱਕ ਗੋਲੀ ਲੰਘੀ ਸੀ ਉੱਥੇ ਉਹ ਬੈਠਾ ਟੈਲੀਫੋਨ ਕਰੀ ਗਿਆ ਮਾਂਗਰ ਬੈਠਾ ਸੀ ਜਿਹੜਾ ਬੰਦਾ ਇੱਕ ਸਾਡੇ ਪਿੰਡ ਦੇ ਨੇ ਹੋਰ ਸੀ ਉਹ ਤਾਂ ਨਹੀਂ ਮੈਂ ਦੇਖਿਆ ਉਹ ਕਹਿੰਦਾ ਸਿੱਧੂ ਨੂੰ ਐਂ ਦੱਬੀ ਬੈਠਾ ਸੀ ਇੱਕ ਜਿਹੜਾ ਮੂਹਰੇ ਬੰਦਾ ਬੈਠਾ ਸੀ ਉਹਨੂੰ ਕਹਿੰਦੇ ਦੱਬੀ ਬੈਠਾ ਸੀ ਇੱਕ ਬਾਹ ਨਾਲ ਇਹ ਰੱਬ ਜਾਣੇ ਭਰਾ ਮੈਂ ਤਾਂ ਨਹੀਂ ਉਹ ਦੇਖਿਆ ਆਹ ਚੀਜ਼ ਮੈਂ ਦੇਖੀ ਹੈ ਜਦੋਂ ਅਸੀਂ ਸੀਸਾ ਤੋੜ ਕੇ ਬਾਹਰ ਕੱਢ ਲਿਆ ਉਹਨੂੰ ਉਹਦੀਆਂ ਉਹ ਲੋਕ ਖੋਲ੍ਹ ਕੇ ਆ ਗਏ ਪਹਿਲਾਂ ਕਿਉਂ ਨਾ ਲੋਕ ਖੋਲ੍ਹਿਆ ਤੋੜ ਸੀ ਸਾਈਡ ਸੀਸਾ ਤੋੜੀ ਨਾ ਜਾਂਦਾ ਜੇ ਉਹਨੇ ਸਾਈਡ ਵਿੱਚ ਦੀ ਗੋਲੀਆਂ ਮਾਰੀਆਂ ਸਾਈਡ ਸੀਸਾ ਦੀ ਮਾਰੀਆਂ ਹੁੰਦੀਆਂ ਗੋਲੀਆਂ ਤੋਂ ਫਰੰਟ ਬੰਨੀ ਦੀ ਮਾਰੀਆਂ ਕੋਈ ਬੋਡੀ ਟੁੱਟ ਨਹੀਂ ਜਿਹੜੇ ਕੁਛ ਨਹੀਂ ਕਹਿੰਦੇ ਧੂੰਆਂ ਰੋਲ ਹੋ ਗਿਆ ਧੂੰਆਂ ਰੋਲ ਕਾਹਦੇ ਨਾਲ ਹੋ ਗਿਆ ਗੋਲੀਆਂ ਦਾ ਕੋਈ ਧੂੰਆਂ ਨਹੀਂ ਹੁੰਦਾ ਤਾਂ ਜਿੱਥੋਂ ਫਾਇਰ ਹੁੰਦਾ ਮਾਰਿਆ ਧੂੰਆਂ ਉੱਥੇ ਨਿਕਲਦਾ ਮਗਰ ਤਾਂ ਛਿੱਕਾ ਜਾਂਦਾ ਹੈਗਾ ਜੇ ਕੰਧ 'ਚ ਵੱਜੇ ਉਹਦਾ ਗਰਦ ਉੱਠ ਕੱਢਦੀ ਹੈ ਠੀਕ ਹੈ ਨਾ ਉਹ ਸਾਰਾ ਅੱਗੇ ਦੁਬਾਰਾ ਜਦੋਂ ਧੌਣ ਚੱਕੀ ਮੈਂ ਉਹਨਾਂ ਨੇ ਬਿਆਨ ਸੁਣੇ ਨਾ ਕਿ ਦੁਬਾਰਾ ਧੌਣ ਚੱਕੀ ਗਈ ਫਿਰ ਆ ਕੇ ਫਿਰ ਫਾਇਰ ਕਰ ਇਹ ਝੂਠ ਮਾਰੀ ਜਾਂਦੇ ਨੇ ਨਾਲ ਦੇ ਬੰਦੇ ਝੂਠ ਮਾਰੀ ਜਾਂਦੇ ਨੇ ਮੈਂ ਇੱਥੇ ਮੌਜੂਦਾ ਸਾਰਾ ਤੇ 20-25 ਲੋਕ ਹੋਰ ਆ ਗਏ ਫਿਰ ਤਾਂ ਸਾਰੇ ਪਿੰਡ ਮੰਗੂਲ ਹੋ ਜਾਂਦੇ ਆ ਇੱਥੇ ਜੀ ਇਹਨਾਂ ਨੇ ਲੋਕ ਨਹੀਂ ਖੋਲ੍ਹਿਆ ਉਹ ਕਹਿੰਦੇ ਸਾਨੂੰ ਕਿਸੇ ਕੱਢੇ ਨੇ ਕੱਢੂ ਕੌਣ ਜਾਂਦਾ ਤਾਂ ਲੋਕ ਪਈ ਹੈ ਗੱਡੀ ਸੀਸਾ ਤੋੜਿਆ ਲੋਕ ਖੋਲ੍ਹਿਆ ਸਿੱਧੂ ਨੂੰ ਕੱਢਿਆ ਮਗਰ ਆਪੇ ਲੋਕ ਉੱਤਰ ਕੇ ਫਿਰ ਆਪ ਬਾਹਰ ਆ ਜਾਂਦੇ ਇੱਥੇ ਜੀ ਇਹਨਾਂ ਨੇ ਲੋਕ ਨਹੀਂ ਖੋਲ੍ਹਿਆ ਉਹ ਕਹਿੰਦੇ ਸਾਨੂੰ ਕਿਸੇ ਕੱਢੇ ਨੇ ਕੱਢੂ ਕੌਣ ਜਾਂਦਾ ਤਾਂ ਲੋਕ ਪਈ ਹੈ ਗੱਡੀ ਸੀਸਾ ਤੋੜਿਆ ਲੋਕ ਖੋਲ੍ਹਿਆ ਸਿੱਧੂ ਨੂੰ ਕੱਢਿਆ ਮਗਰ ਆਪੇ ਲੋਕ ਉੱਤਰ ਕੇ ਫਿਰ ਦੋਸਤੋ ਤੁਹਾਨੂੰ ਕੀ ਲੱਗਦਾ ਇਸ ਫੌਜੀ ਵੱਲੋਂ ਜੋ ਸਿੱਧੂ ਮੂਸੇਵਾਲੇ ਕਤਲ ਮਾਮਲੇ ਦੇ ਵਿੱਚ ਅਤੇ ਮੌਕੇ ਦੇ ਕ੍ਰਾਈਮ ਸੀਨ ਬਾਰੇ ਜੋ ਖੁਲਾਸੇ ਕੀਤੇ ਗਏ ਨੇ ਉਸ ਦੇ ਬਾਰੇ ਤੁਸੀਂ ਕੀ ਸੋਚਦੇ ਹੋ? ਕੀ ਇਹ ਫੌਜੀ ਦੁਆਰਾ ਕੀਤੇ ਗਏ ਖੁਲਾਸੇ ਤੁਹਾਨੂੰ ਲੱਗਦਾ ਹੈ ਕਿ ਇਸ ਮਾਮਲੇ ਦੇ ਵਿੱਚ ਨਵਾਂ ਮੋੜ ਲੈ ਕੇ ਆਉਣਗੇ ਜਾਂ ਫਿਰ ਇਹ ਤੁਹਾਨੂੰ ਸਹੀ ਲੱਗਦੇ ਨੇ? ਜ਼ਰੂਰ ਕਮੈਂਟ ਕਰਕੇ ਦੱਸਣਾ। ਅਤੇ ਉੱਥੇ ਦੋਸਤੋ ਪੰਜਾਬ ਦੀ ਰਾਜਨੀਤੀ ਦੇ ਵਿੱਚ ਇੱਕ ਵੱਡੀ ਤਰਥੱਲੀ ਉਸ ਵੇਲੇ ਮੱਚ ਗਈ ਜਦੋਂ ਹਲਕਾ ਪਾਇਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਵਿੰਦਰ ਸਿੰਘ ਗੈਸਪੁਰਾ ਦੀ ਇੱਕ ਆਈਲੈਟਸ ਵਾਲੀ ਜੋ ਮੈਡਮ ਹੈ ਉਸ ਦੇ ਨਾਲ ਕਾਲ ਰਿਕਾਰਡਿੰਗ ਸਾਹਮਣੇ ਆਈ ਹੈ ਜਿਸ ਨੇ ਕਿ ਅਹਿਮ ਖੁਲਾਸੇ ਕੀਤੇ ਨੇ। ਪੂਰਾ ਮਾਮਲਾ ਸਮਝਾਉਣ ਦੇ ਲਈ ਤੁਹਾਡੇ ਨਾਲ ਇਹ ਕਾਲ ਰਿਕਾਰਡਿੰਗ ਜ਼ਰੂਰ ਸ਼ੇਅਰ ਕਰਦੇ ਹਾਂ। ਪੂਰੀ ਕਾਲ ਰਿਕਾਰਡਿੰਗ ਸੁਣਨ ਤੋਂ ਬਾਅਦ ਤੁਸੀਂ ਜ਼ਰੂਰ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਇਸ ਮਾਮਲੇ ਦੇ ਵਿੱਚ
कौन सही लग रहा है ते कौन गलत जरूर कमेंट करना ते होर ताज़ा अपडेट्स दे लिए बने रहना अनलिमिटेड ज्ञान दे नाल ते फेसबुक पेज अनलिमिटेड ज्ञान मीडिया नूं भी जरूर लाइक फॉलो कर लो क्योंकि उत्थे भी तुहाडे नाल पल पल की खास जानकारी सांझी करते रहने हैं। सो आओ सुनो ये सामने आई कॉल रिकॉर्डिंग। तुसीं मैनूं किस अथॉरिटी नाल फोन करिया जी? तुसीं एप्लीकेशन तुसीं ऐ करो कोर्ट बंद। मेरी गल सुनो जी, लिसन लिसन केयरफुली प्लीज, ठीक है? तुसीं कोर्ट बंद करो, थाना बंद करो, तुसीं एमएलए नूं को अपनी कचहरी लावे। अपने फिर एमएलए नु को के मैं हुनी मिलना है। तुसी कह रहे हो ना सारी पब्लिक सुन रही है कि उन्हें अपोलोजाइज नहीं करना। यू टोल्ड उन्हें क्यों किया अभी मैं थोड़े ऑफिस आवा? व्हाई व्हाई ही टोल्ड मी क्यों आवा थोड़े ऑफिस? सर थोड़े किस एम्प्लॉई ने मैंने फोन करया कि थोड़े को कोई एप्लीकेशन आई है दुराहे तो हमें जी के थोड़े कोल के डॉक्यूमेंट दे रिगार्डिंग के डॉक्यूमेंट कोई से बच्चे दे के साडे कोल पे हुए ने और थोड़ा पर्सन कल गल हुई रिस्पेक्टफुली गल हुई है थोड़े सर साढ़ी 16 लाख रुपए फीस भरी हुई है। तुसी सानू पेमेंट दो डॉक्यूमेंट ले लो हुणी दे दियां दसो कदों तमा असी पैसे भरे हुए ने जी बच्चे की रिफ्यूजल रीप्लाई किया हुआ पेमेंट साडा एक एक पैसा साडा लगे हुआ असी किस अथॉरिटी ने पेमेंट दे सकते हैं डॉक्यूमेंट? तुसी पेमेंट दे दो डॉक्यूमेंट दे रही हैं तुसी पूरी गल एक बंदे की पक्ष नहीं सुन सकते। और थोड़े परसन कल मेरे को गए चाह पानी पिलाया उन्होंने कहा वो कहने असी वेट करांगे ठीक है भी जदों तक वीज़ा नहीं आता मैम कोई गल नहीं वो फैमिली भी नाल आई सारी गलबात होगी। फिर थोड़े बंदे ने क्यों फोन करिया सर मैं अज फिर फोन करन दा बंदा सी जी तरीका रिफ्यूजल आके रीप्लाई हो गया जी थाने च केस सीगा और सारी गल हो चुकी है कि उन्होंने उत्थे भी लिखती फैसला होया कि वेट करनगे जदों तक वीजा नहीं आया क्योंकि पेमेंट सर असी लाई हुई है उन्होंने तो असी 5 रुपये नहीं ले हुए। फिर जदों तुसी पूरी गल सुनी नहीं फिर तुसी फिर क्यों सर सारे बिठाए हुए नहीं ये गल गलत है ना एमएलए फिर तो पूरा प्रशासन थोड़े अंडर आता ना मिलो किस अथॉरिटी ने कहा जी क्यों कहा मैं क्यों आवां जी थोड़े ऑफिस दसो जी क्यों क्यों एमएलए दे अंडर आवां मैं कोई एग्रीमेंट कीता होया मैं एमएलए नूं मिलना दसो सर ਤੁਸੀਂ ਸਾਡੇ ਹਲਕੇ ਦੇ ਵਿੱਚ ਲੋਕਾਂ ਦੇ ਨਾਲ ਚੀਟਿੰਗ ਕਰ ਰਹੇ ਹੋ ਚੀਟ ਕਰੇ ਜੀ 16 ਲੱਖ ਰੁਪਏ ਭਰਿਆ ਹੋਇਆ ਜੀ ਮੇਰੇ ਕੋਲ ਚੀਟਿੰਗ ਦਾ ਲੈਟਰ ਸਰ ਚੀਟਿੰਗ ਦਾ ਲੈਟਰ ਸਰ 16 ਲੱਖ ਰੁਪਏ ਭਰਿਆ ਮੈਂ ਆਈ ਵਿਲ ਬੀ ਪ੍ਰੂਫ ਯੂ ਫਿਰ ਸਰ ਤੁਸੀਂ ਫਿਰ ਸਰ ਤੁਹਾਨੂੰ ਤਾਂ ਬੁਲਾਇਆ ਜੀ ਵੀ ਜੇ ਅਸੀਂ ਪੁਲਿਸ ਕੰਪਲੇਂਟ ਕੀਤੀ ਅਸੀਂ ਕੀਤੀ ਹੋਈ ਜੀ ਤੁਹਾਨੂੰ ਪ੍ਰੋਬਲਮ ਆਊਗੀ ਸਰ ਅਸੀਂ ਕੀਤੀ ਹੋਈ ਹੈ ਪਹਿਲੀ ਕੰਪਲੇਂਟ ਸਾਡਾ ਫੈਸਲਾ ਹੋਇਆ ਹੋਇਆ ਉੱਥੇ ਪੁਲਿਸ 'ਚ ਮੈਂ ਤਾਂ ਹੀ ਕਹਿ ਰਿਹਾ ਨਾ ਜੇ ਅਸੀਂ ਕੰਪਲੇਂਟ ਕੀਤੀ ਤਾਂ ਤੁਹਾਨੂੰ ਪ੍ਰੋਬਲਮ ਆਊਗੀ ਸਰ ਕਿਸ ਚੀਜ਼ ਦੀ ਕੰਪਲੇਂਟ ਆਏਗੀ ਪਹਿਲਾਂ ਹੀ ਅਗਲੇ ਨਾਲ ਹਰੇਕ ਬੰਦੇ ਦੇ ਅਸੀਂ ਸਰ ਤੁਹਾਡੇ ਮੇਰੀ ਗੱਲ ਸੁਣੋ ਸਰ ਪਰਚਾ ਤਾਂ ਹੋਊਗਾ ਜੇ ਅਸੀਂ ਰੋਂਗ ਕਰਾਂਗੇ ਬਿਨਾਂ ਮਤਲਬ ਤੇ ਤੁਸੀਂ ਗਲਤ ਪਰਚਾ ਪਵਾਓਗੇ ਦੱਸੋ ਜੀ ਜੇ ਤੁਸੀਂ ਐਮਐਲਏ ਤੁਸੀਂ ਗਲਤ ਪਰਚਾ ਪਵਾਓਗੇ ਜਿਹੜਾ ਗਲਤ ਕਰੂਗਾ ਪਵਾਵਾਂਗੇ ਬਸ ਅਸੀਂ ਕਰਦੇ ਹੀ ਨਹੀਂ ਜੇ ਤੁਸੀਂ ਨਹੀਂ ਸਰ ਅਸੀਂ ਪੇਮੈਂਟ ਭਰੀ ਹੋਈ ਹੈ ਮੈਂ ਤੁਹਾਨੂੰ ਪਤਾ ਲੱਗ ਜੂ ਜੀ ਤੇ ਤੁਹਾਡੇ ਮੈਨੂੰ ਸਰ ਆਪਣੇ ਬੰਦੇ ਨੂੰ ਬੁਲਾਓ ਜੀ ਉਹਨੇ ਮੈਨੂੰ ਕਿਉਂ ਕਿਹਾ ਮੈਂ ਤੁਹਾਡੇ ਆਫਿਸ ਆਵਾਂ ਅਥਾਰਟੀ ਨਾਲ ਕਿਹਾ ਜੀ ਕਿਉਂਕਿ ਗਲਤ ਹੈ ਜੀ ਇੱਕ ਕੁੜੀ ਨੂੰ ਕੋਈ ਨਹੀਂ ਕਹਿ ਸਕਦਾ ਤੁਸੀਂ ਦੱਸੋ ਮੈਂ ਤੁਹਾਡੀ ਬੇਟੀ ਹਾਂ ਬੇਟੀ ਦੇ ਲਾਈਕ ਆ ਨਾ ਤੁਹਾਡੀ ਬੇਟੀ ਨੂੰ ਕੋਈ ਕਹੇ ਫਿਰ ਸਰ ਨਹੀਂ ਉਹਨੂੰ ਹੁਣੇ ਬੁਲਾਓ ਜੀ ਸੌਰੀ ਫੀਲ ਕਰੇ ਮੈਂ ਨਹੀਂ ਐਵੇਂ ਨਹੀਂ ਜੀ ਮੈਂ ਨਹੀਂ ਜਾਣਾ ਜੀ ਆਹ ਦੱਸਤਾ ਜੀ ਤੁਹਾਨੂੰ ਨੰਬਰ ਦਿੱਤਾ ਇਹਨਾਂ ਨਾਲ ਗੱਲ ਹੋਈ ਹੈ ਹੁਣੇ ਹੁਣੀ ਬੁਲਾਓ ਜੀ ਬੁਲਾ ਲੈਣੇ ਕੋਈ ਨਹੀਂ ਜਦੋਂ ਆਏਗਾ ਬੁਲਾ ਲੈਣੇ ਕਿੰਨਾ ਵੇਟ ਟਾਈਮ ਦੱਸੋ ਸਰ ਮੈਂ ਵੀ ਆਫਿਸ ਤੋਂ ਮੇਰੇ ਕੋ ਵੀ ਇੰਨਾ ਟਾਈਮ ਨਹੀਂ ਲੁਧਿਆਣੇ ਮੀਟਿੰਗ ਦੇ ਸਰ ਕਿੰਨੀ ਦੇਰ ਤੱਕ ਆਏਗਾ ਜੀ ਮੈਂ ਦੁਬਾਰਾ ਆ ਜਾਵਾਂਗੀ ਨਹੀਂ ਸਰ ਕਨਫਰਮ ਕਰੋ ਮੈਨੂੰ ਮੈਂ ਸ਼ਾਮ ਤੱਕ ਆ ਜਾਵਾਂਗੀ ਨਹੀਂ ਫਿਰ ਸਰ ਮੈਂ ਕੰਪਲੇਂਟ ਕਰਵਾਉਂਗੀ ਉਹਦੀ ਕਿਉਂਕਿ ਸਰ ਉਹ ਤਾਂ ਕਰਵਾਵਾਂਗੇ ਕਰਾਓ ਨਾ ਫਿਰ ਕੰਪਲੇਂਟ
ਸਰ ਉਹ ਤਾਂ ਕਰਵਾਣੀ ਪੈਣੀ ਇਹ ਨਹੀਂ ਹੈ ਸਰ ਇਨਲੀਗਲ ਨਹੀਂ ਦੇਖੋ ਸਰ ਇਹ ਨਹੀਂ ਹੈਗਾ ਐਮਐਲਏ ਠੀਕ ਹੈ ਸਰ ਐਮਐਲਏ ਅਸੀਂ ਵੀ ਇਹਨਾਂ ਦੇ ਬੱਚੇ ਆ ਅਸੀਂ ਵੀ ਇਹਨਾਂ ਦੇ ਸਪੋਰਟਰ ਆ ਜੇਕਰ ਇਹਨਾਂ ਦੀ ਮੇਰੀ ਗੱਲ ਸੁਣੋ ਜੇ ਇਹਨਾਂ ਸਰ ਰਿਸਪੈਕਟ ਕਰ ਤੁਸੀਂ ਆਰਾਮ ਨਾਲ ਗੱਲ ਕਰੋ ਮੈਂ ਰਿਸਪੈਕਟ ਸਰ ਮੈਂ ਨਹੀਂ ਨਾ ਉਹਨਾਂ ਨੂੰ ਸਰ ਅਸੀਂ ਆਪਣਾ ਇਹਨਾਂ ਨੂੰ ਐਮਐਲਏ ਐਵੇਂ ਨਹੀਂ ਬਣੀ ਹੋਈ ਜੀ ਸਾਡੇ ਲਈ ਬੈਠੇ ਹੋਏ ਨਹੀਂ ਤੁਹਾਡੀ ਕੰਪਲੀਟ ਕਿਹਨੇ ਕੀਤੀ ਹੈ ਤੁਹਾਨੂੰ ਅਗਰ ਪੁੱਛਦੇ ਐਮਐਲਏ ਸੁਣਦੇ ਕਿ ਤੁਹਾਂ ਪਰ ਇਹਨਾਂ ਦੇ ਬੰਦੇ ਗਲਤ ਨਹੀਂ ਨਾ ਬੋਲ ਸਕਦੇ अपनी बंदे कारवाई करो क्योंकि अगर रिस्पोंसिबल हो मैं थोड़े को आई हूं क्योंकि असि भी थोड़े बच्चे हाँ जे थोड़ी हजूरी च गलत होएगा ना फिर गलत है जी थोड़े बंदे ने फिर सर नहीं सर नहीं कह सकते सर तुसी दसो जो थोड़े बंदे कल आके कॉम्प्रोमाइज सारी गल होगी असि उन्होंने पूरी रिस्पैक्ट ना बिठाया ठीक है मैं ये भी मेरे फादर दे लाइक है कोई इशू नहीं है पर फिर उन्हें विदाउट इनफॉर्मेशन क्यों फोन करिया फिर तो सर थोड़ी कल भी बेइज्जती हो सकती है थोड़े बंदे ही करवाएंगे ना फिर सर मैं दसो कदों तक बुला सर प्लीज मैं उन्नी देर में वापस आ जाऊंगी मैं दसो तू कदों आएगा वो बंदा मैं थोड़े को किन्नी बजे आवां तुसी कंप्लेंट कर दियो जे ज्यादा है मतलब तुसी इस चीज ला कुछ नहीं कर सकदे मतलब थोड़े बंदे एदा ही करनगे एदा ही करनगे मैं वीडियो बना रही हूं दसो हुण बोलो आराम बेटा गल कर सकते बुला गई
ਫਿਰ ਬੁਲਾਣ ਨਾ ਜੇ ਉਹਨਾਂ ਨੇ ਮੈਨੂੰ ਕਿਹਾ ਉਹ ਗੱਲ ਸਾਡੀ ਨਾਲ ਜ਼ਰੂਰੀ ਪਤਾ ਲੱਗੂਗਾ ਸਾਰੇ ਡਾਕੂਮੈਂਟ ਪੂਰੇ ਨਹੀਂ ਹੈਗੇ ਅਦਾਲਤ ਚ ਕਿੰਨੇ ਖਜਲ ਇਹ ਡਾਕੂਮੈਂਟ ਇਹਨਾਂ ਦੇ ਪੂਰੇ ਨਹੀਂ ਹੈਗੇ ਲੋਕੀ ਪਤਾ ਲੱਗ ਜੂਗਾ ਡਾਕੂਮੈਂਟ ਮੈਨੂੰ ਪੂਰੇ ਚਾਹੀਦੇ ਇਹਨਾਂ ਦੇ 100% ਔਰ ਇੱਕ ਇੱਕ ਚੈੱਕ ਲਿਸਟ ਚਾਹੀਦੀ ਹੈ ਸ਼ਾਮ ਤੱਕ ਮੈਨੂੰ ਸਰ ਆਪਣੀ ਬੰਦੀ ਨੂੰ ਬੁਲਾਓ ਕਿਉਂਕਿ ਤੁਸੀਂ ਆਪਣੀ ਬੇਟੀ ਨਾਲ ਪਲੀਜ਼ ਕੰਪਲੇਂਟ ਕਰੋ ਕੰਪਲੇਂਟ ਕਰੋ ਜਾਓ ਕੋਈ ਆਫਿਸ ਦਾ ਮੈਡਮ ਆਤਾਂ ਨਹੀਂ ਤੋਂ ਤੁਹਾਡਾ ਐਟੀਟਿਊਡ ਠੀਕ ਨਹੀਂ ਆਪਣੀ ਸਰ ਨਹੀਂ ਅਸੀਂ ਬੇਟੀ ਦੇ ਬੱਚਾ ਨਹੀਂ ਅਸੀਂ ਬੇਟੀ ਜਾਓ ਕੰਪਲੇਂਟ ਕਰੋ ਨਾ ਇਹਨਾਂ ਤੋਂ ਨਹੀਂ ਸੁਣੀ ਤੁਸੀਂ ਕੰਪਲੇਂਟ ਕਰੋ ਜਾ ਕੇ ਓਕੇ ਓਕੇ ਸੋ ਦੋਸਤੋ ਇਹ ਸੀ ਅੱਜ ਦੇ ਅਪਡੇਟਸ ਦੀ ਲੜੀ ਦੇ ਵਿੱਚ ਪੰਜਾਬ ਨਾਲ ਜੁੜੀਆਂ ਦੋ ਵੱਡੀਆਂ ਖਬਰਾਂ ਜਿਨ੍ਹਾਂ ਦੇ ਵਿੱਚੋਂ ਪਹਿਲੀ ਖਬਰ ਸਿੱਧੂ ਮੂਸੇਵਾਲਾ ਕਤਲਕਾਂਡ ਦੇ ਨਾਲ ਸੰਬੰਧਿਤ ਸੀ ਅਤੇ ਦੂਜੀ ਪੰਜਾਬ ਦੀ ਰਾਜਨੀਤੀ ਦੇ ਨਾਲ ਤੁਸੀਂ ਪੂਰੇ ਮਸਲੇ ਦੇਖ ਹੀ ਲਏ ਨੇ ਇਹਨਾਂ ਦੋਵੇਂ ਮਸਲਿਆਂ 'ਤੇ ਆਪਣੀ ਰਾਏ ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝੀ ਕਰਕੇ ਜਾਣਾ ਅਤੇ ਜਿਹੜੇ ਦੋਸਤ ਨਵੇਂ ਨੇ ਉਹਨਾਂ ਨੂੰ ਜ਼ਰੂਰ ਬੇਨਤੀ ਕਰਾਂਗੇ ਹਰ ਇੱਕ ਤਾਜ਼ਾ ਖਬਰ ਸਭ ਤੋਂ ਪਹਿਲਾਂ ਦੇਖਦੇ ਰਹਿਣ ਦੇ ਲਈ ਅਨਲਿਮਿਟਡ ਗਿਆਨ ਯੂਟਿਊਬ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਅਤੇ ਜੇਕਰ ਤੁਸੀਂ ਵੀਡੀਓ ਫੇਸਬੁੱਕ 'ਤੇ ਦੇਖ ਰਹੇ ਹੋ ਤਾਂ ਅਨਲਿਮਿਟਡ ਗਿਆਨ ਮੀਡੀਆ ਨੂੰ ਵੀ ਜ਼ਰੂਰ ਲਾਈਕ ਫੋਲੋ ਕਰ ਲੈਣਾ ਕਿਉਂਕਿ ਪਲ ਪਲ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹਿੰਦੇ ਹਾਂ ਸੋ ਇੱਥੇ ਸਾਨੂੰ ਦਿਓ ਇਜਾਜ਼ਤ ਮਿਲਾਂਗੇ ਜਲਦ ਧੰਨਵਾਦ।